ਅਫਜ਼ਲ ਐਸਨ ਰੰਦਾਵਾ ਦੁਆਰਾ ਲਿਖਿਆ ਤੇ ਡਾਕਟਰ ਜਗਤਾਰ ਦੁਆਰਾ ਅਨੁਵਾਦਿਤ ਨੋਵਲ ਹੈ دیਵਾ ਤੇ ਦਰਿਆ ਨੌਵੇਂ ਭਾਗ ਦਾ ਬਾਕੀ ਦਾ ਹਿੱਸਾ ਸ਼ਮਸ਼ੇਰ ਸਿੰਘ ਬੋਲਣ ਲੱਗ ਪਿਆ ਭਾਉ ਦਾ ਦੂਜੇ ਚੌਥੇ ਦਿਨ ਮਾਸੀ ਦੇ ਪਿੰਡ ਜਾਣਾ ਉਹਦੀਆਂ ਤੇ ਜਿੰਦੋ ਦਾ ਹਾਸਾ ਹੱਸ ਕੇ ਗੱਲਾਂ ਕਰਨੀਆਂ ਫਿਰ ਘਰ ਬੇਬੇ ਤੇ ਭਾਉ ਦਾ ਹੌਲੀ-ਹੌਲੀ ਉਹਦੀਆਂ ਗੱਲਾਂ ਕਰਨਾ ਤੇ ਭਾਉ ਦਾ ਚੁੱਪ-ਚੁਪੀ ਤੇ ਅੱਖਾਂ ਨਾਲ ਮੇਰੇ ਵੱਲ ਵੇਖਦੇ ਰਹਿਣਾ ਮੈਨੂੰ ਇੰਜ ਲੱਗਦਾ ਸੀ ਜਿਵੇਂ ਪਾਉ ਤੇ ਬੇਬੇ ਜਿੰਦੋ ਨਾਲ ਰਲ ਕੇ ਮੇਰੇ ਖਿਲਾਫ ਕੋਈ ਮਤਾ ਪਕਾਉਂਦੇ ਐ ਨਾਲੇ ਮੈਨੂੰ ਪਾਉ ਤੇ ਜਿੰਦੋ ਦੇ ਮਿਲਣ ਮਿਲਾਪ ਤੇ ਵੀ ਸ਼ੱਕ ਸੀ ਤੇ ਮੈਨੂੰ ਇੰਜ ਲੱਗਾ ਜਿਵੇਂ ਪਾਉ ਆਪਣੀ ਬਲਾ ਮੈਨੂੰ ਚੁਮੜਨਾ ਚਾਹੁੰਦਾ ਤੇ ਮੈਂ ਉਹਨੂੰ ਇੱਕ ਦਿਨ ਸਾਫ਼ ਕਹਿਤਾ ਵੀ ਜੀ ਦਾ ਪਾ ਰਹੇ ਹੋ ਆਪੇ ਚੁੱਕੇ ਤੇ ਉਸ ਦਿਨ ਤੇ ਪਾਉ ਚੁੱਪਚਾਪ ਬਾਹਰ ਚਲਾ ਗਿਆ ਪਰ ਅਗਲੇ ਦਿਨ ਮੈਂ ਇਹ ਗੱਲ ਫੇਰ ਕਰਤੀ ਤੇ ਪਾਉ ਅੰਦਰੋਂ ਬਰਛੀ ਕੱਢ ਲਿਆ ਮੇਰੇ ਹੱਥ 'ਚ ਵੀ ਗੱਡੇ ਦਾ ਮੁੰਨਾ ਆ ਗਿਆ ਤੇ ਅਸੀਂ ਜੁੱਟ ਪਏ। ਉਦੋਂ ਤੇ ਬੇਬੇ ਤੇ ਚਾਚਾ ਹਾਕੂ ਕੋਲ ਸਨ ਉਹਨਾਂ ਬਚਾਅ ਕਰ ਦਿੱਤਾ। ਨਹੀਂ ਤਾਂ ਪਤਾ ਨਹੀਂ ਕੀ ਹੋ ਜਾਂਦਾ। ਤੇ ਉਦੋਂ ਬਾਅਦ ਭਾਉ ਨੇ ਮੇਰੇ ਨਾਲ ਕਲਾਮ ਨਹੀਂ ਕੀਤਾ। ਬੇਬੇ ਨੇ ਮੇਰੀ ਮੰਗਣੀ ਧੱਕੇ ਨਾਲ ਕਰਤੀ। ਮੈਂ ਉਹਨਾਂ ਨੂੰ ਹਜ਼ਾਰ ਵਾਰ ਆਖਿਆ ਵੀ ਇਹ ਗੱਲ ਸਿਰੇ ਨਹੀਂ ਚੜ੍ਹਣੀ ਪਰ ਬੇਬੇ ਅੜ ਗਈ ਤੇ ਜਿੰਦੂ ਨਾਲ ਮੇਰੀ ਮੰਗਣੀ ਹੋ ਗਈ। ਉਸ ਰਾਤ ਮੈਂ ਮੜੀਆਂ ਚ ਰੂਪੋਂ ਨੂੰ ਪਿਆ ਉਡੀਕਦਾ ਸੀ ਉਹ ਨਾ ਆਈ। ਰਾਤ ਅੱਧੀਆਂ ਟੁੱਟ ਗਈ ਤੇ ਨਿੰਮੀ ਨਿੰਮੀ ਚਾਨਣੀ ਚ ਵਿੰਡ ਵਾਲੀ ਡੰਡੀ ਤੇ ਇੱਕ ਪਰਛਾਵਾਂ ਨਜ਼ਰੀ ਆਇਆ ਰੂਪੋ ਮੈਂ ਹੌਲੀ ਜੀ ਆਵਾਜ਼ ਮਾਰੀ ਅੱਗੋਂ ਆਵਾਜ਼ ਨਾ ਆਈ ਪਰਛਾਵਾਂ ਮੇਰੇ ਕੋਲ ਆ ਕੇ ਖਲੋ ਗਿਆ ਉਹ ਉਹ ਹਾਕਾਂ ਮਾਛਣ ਸੀ ਜਿਹੜੀ ਕਦੀ ਕਦੀ ਮੇਰਾ ਸੁਨਿਆ ਰੂਪੋ ਵਾਲ ਤੇ ਰੂਪੋ ਦਾ ਸੁਨਿਆ ਮੇਰੇ ਵੱਲ ਲੈ ਕੇ ਆਉਂਦੀ ਸੀ ਰੂਪੋ ਕਿੱਥੇ ਹੀ ਹਾਕਾਂ ਆਪਣੇ ਘਰ ਕੋਈ ਸੁਨਿਆ ਤੇਰੀ ਮੰਗਣੀ ਨੂੰ ਵਧਾਈ ਖੱਲੀ ਸੀ ਉਹਨੂੰ ਕਿੱਦਾਂ ਪਤਾ ਲੱਗਾ ਪਿੰਡ 'ਚ ਕਿਹਨੂੰ ਨਹੀਂ ਪਤਾ ਇਸ ਗੱਲ ਦਾ ਅੱਛਾ ਪਰ ਉਹਨੂੰ ਆਖੀ ਮੇਰੀ ਗੱਲ ਸੁਣ ਜਾਏ ਨਹੀਂ ਚੌਧਰੀ ਉਸ ਨਹੀਂ ਆਉਣਾ ਕਿਉਂ ਉਹ ਆਖਦੀ ਸੀ ਕੀ ਆਖਦੀ ਸੀ ਉਹ ਆਖਦੀ ਸੀ ਵੀ ਮੈਨੂੰ ਹੁਣ ਨਾਂ ਦੇਖਿਆ ਕਰੇ ਅੱਛਾ ਆਹੋ ਤੇ ਲੈ ਮੈਂ ਹੁਣ ਚੱਲਿਆਂ ਗੱਲ ਸੁਣ ਉਹਨੂੰ ਆਖੀ ਕੀ ਆਖਾਂ ਉਹ ਹਾਕਾਂ ਫੇਰ ਪਰਤ ਕੇ ਕੋਲ ਆਨ ਖਲੋਤੀ ਉਹਨੂੰ ਆਖੀ ਜੇ ਉਠਾਂ ਵਾਲਿਆਂ ਨਾਲ ਯਾਰਾਨੇ ਲਾਉਣੇ ਹੋਣ ਤੇ ਬੂਏ ਵੀ ਵੱਡੇ ਰੱਖੀ ਦੇਨੇ ਬਸ ਬਸ ਤੇ ਹਾਕਾਂ ਮਾਠਣ ਪਿੰਡ ਨੂੰ ਟੁਰ ਪਈ ਤੇ ਦੂਜੇ ਦਿਨ ਜਦੋਂ ਪਾਉ ਹਵੇਲੀ ਚੋਂ ਘੋੜਾ ਖੋਲ ਕੇ ਘਰ ਨੂੰ ਸੌਣ ਚਲਾ ਗਿਆ ਤੇ ਮੈਂ ਆਪਣੀ ਘੋੜੀ ਤੇ ਕਾਠੀ ਪਾਈ ਖਲਕਤ ਸੌਂ ਗਈ ਸੀ ਤੇ ਮੈਂ ਘੋੜੀ ਨੂੰ ਪਿੱਛੋਂ ਕੱਢ ਕੇ ਉਹਦੀਆਂ ਬਾਗਾਂ ਉੱਤੇ ਛੋੜ ਦਿੱਤੀਆਂ ਘੋੜੀ ਕਦਮ-ਕਦਮ ਟੁਰੀ ਜਾਂਦੀ ਸੀ ਭਈ ਮਾਸੀ ਦਾ ਪਿੰਡ ਦੋ ਕੋਹ ਦੂਰ ਸੀ ਪਿੰਡ ਦੇ ਬਾਹਰ ਵਾਲੇ ਉਜਾੜ ਬਾਗ 'ਚ ਮੈਂ ਛੋਰੇ ਥੱਲੇ ਘੋੜੀ ਬੰਨ੍ਹ ਦਿੱਤੀ ਫਿਰ ਮੈਂ ਪਿੰਡ 'ਚ ਵੜ ਗਿਆ ਰਾਤ ਬਾਵਾ ਸਾਰੀ ਟੱਪ ਗਈ ਸੀ ਵੇੜੀ ਦੀ ਕੰਦ ਟੱਪਕੇ ਮੈਂ ਅੰਦਰ ਲੰਘਿਆ ਤੇ ਵਿਹੜੇ 'ਚ ਦੋ ਮੰਝੀਆਂ ਡੱਟੀਆਂ ਸਨ ਇੱਕ ਮਾਸੀ ਦੀ ਤੇ ਇੱਕ ਜਿੰਦੂ ਦੀ ਚੰਨ ਦੀ ਨਿੰਮੀ ਜੇ ਲੋਟ 'ਚ ਮੈਂ ਜਿੰਦੂ ਦੀ ਮੰਜੀ ਸਿਆਣ ਲਈ ਉਹ ਜੇ ਜਾਗਦੀ ਸੀ ਮੈਨੂੰ ਵੇਖ ਕੇ ਹੈਰਾਨ ਹੋ ਕੇ ਉੱਠ ਕੇ ਬਹਿ ਗਈ ਪਿੰਡ ਦਾ ਖੈਰ ਏ ਮੈਂ ਮੂੰਹ ਤੇ ਉਂਗਲੀ ਰੱਖ ਕੇ ਉਹਨੂੰ ਚੁੱਪ ਕਰਨ ਦਾ ਇਸ਼ਾਰਾ ਕੀਤਾ ਉਹ ਹੈਰਾਨ ਹੋ ਕੇ ਕਦੀ ਮੇਰੇ ਮੂੰਹ ਵੱਲ ਕਦੀ ਮੇਰੇ ਹੱਥ 'ਚ ਫੜੀ ਲਿਸ਼ਕਦੀ ਕਿਰਪਾਨ ਵੱਲ ਵੇਖਣ ਢਈ ਸੀ ਮੈਂ ਉਹਨਾਂ ਵੱਲ ਕਦੀ ਦੋ ਚੌਂ ਵਰਿਆਂ ਪਿੱਛੋਂ ਜਾਂਦਾ ਹੁੰਦਾ ਸਾਂ ਉਹ ਵੀ ਤਾਂ ਜੇ ਮਾਸੀ 50 60 ਸੂਨੇ 깔 ਚੁੱਕੀ ਹੁੰਦੀ ਤੇ ਉਸ ਦਿਨ ਮੰਗਣੀ ਤੋਂ ਤੀਜੇ ਦਿਨ ਮਗਰੋਂ ਹੀ ਮੈਨੂੰ ਉੱਥੇ ਉਸ ਵੇਲੇ ਵੇਖ ਕੇ ਜਿੰਦੋਂ ਹੈਰਾਨ ਨਾ ਹੁੰਦੀ ਤੇ ਹੋਰ ਕੀ ਕਰਦੀ ਨਾਲ ਵਾਲੀ ਮੰਜੀ ਤੇ ਸੁੱਤੀ ਮਾਸੀ ਮਿੱਠੀ ਨੀਂਦ ਪਈ ਜਾਣ ਜਾਣਦੀ ਸੀ ਤੇਰੇ ਨਾਲੇ ਗੱਲ ਕਰਨੀ ਹੈ ਜਿੰਦੋਂ ਮੈਂ ਉਹਨੂੰ ਹੌਲੀ ਜੀ ਆਖਿਆ ਬੈਠੇ ਜਾਓ ਮੈਂ ਤੁਹਾਨੂੰ ਮੰਜੀ ਤੇ ਪੁੱਛ ਆ ਦਿਆਂ ਪਹਿਲੋਂ ਨਹੀਂ ਨਾ ਬਹਿਣ ਦੀ ਲੋੜ ਐ ਨਾ ਮੰਜੀ ਦੀ ਮੈਂ ਹੁਣੇ ਮੁੜ ਜਾਣਾ ਤੂੰ ਛੱਟ ਕੋ ਬਾਹਰ ਆ ਬਾਹਰ ਆਹੋ ਤੇ ਮੈਂ ਹੌਲੀ ਜਿਹੀ 부ਏ ਦਾ ਕੁੰਡਾ ਖੋਲ ਕੇ ਬਾਹਰ ਨਿਕਲ ਆਇਆ ਮੇਰੇ ਮਗਰੇ ਮਗਰ ਜਿੰਦੋ ਟੁਰੀ ਆਉਂਦੀ ਸੀ ਪਿੰਡੋਂ ਬਾਹਰ ਨਿਕਲ ਕੇ ਮਖਲੋ ਗਿਆ ਉਹ ਮੇਰੇ ਨਾਲ ਰਲ ਗਈ ਉਹਨੇ ਖੱਦਰ ਦੀ ਚਿੱਟੀ ਚਾਦਰ ਦੀ ਬੁੱਕਲ ਮਾਰੀ ਸੀ ਖੈਰ ਤਾਂ ਹੈ ਵੀ ਉਹਨੇ ਠੇਠਾਈ ਅੱਖਾਂ ਕੀਤੇ ਪੁੱਛਿਆ ਖੈਰ ਬੇਬੇ ਜੀ ਦਾ ਕੀ ਹਾਲ ਹੈ ਬਾਗ ਚ ਆ ਕੇ ਅਸੀਂ ਘੋੜੀ ਦੇ ਕੋਲ ਖਲੋ ਗਏ ਘੋੜੀ ਇੱਥੇ ਕਿਉਂ ਬੰਨ ਛੱਡੀ ਜੇ ਜੇ ਕੋਈ ਲੈ ਜਾਂਦਾ ਤੇ ਉਹ ਬੜੀਆਂ ਮਾਸੂਮ ਗੱਲਾਂ ਵੀ ਕਰਦੀ ਸੀ ਉਹਨੂੰ ਕੀ ਪਤਾ ਸੀ ਵੀ ਉਹਦੇ ਨਾਲ ਕੀ ਹੋਣ ਵਾਲਾ ਮੇਰਾ ਸੰਗ ਤੋਂ ਥੁੱਕ ਹੇਠਾ ਨਹੀਂ ਸੀ ਜਾਂਦਾ ਮੈਂ ਹੈਰਾਨ ਸਾਂ ਵੀ ਕੀ ਗੱਲ ਕਰਾਂ ਤੇ ਕੀ ਨਾ ਕਰਾਂ ਮੇਰੇ ਸਾਹਮਣੇ ਜਿੰਦੋ ਦਾ ਗੁਲਾਬ ਦੇ ਵੱਡੇ ਫੁੱਲ ਵਾਂਗ ਚਿਹਰਾ ਸੀ ਜਿਹੜਾ ਨਿੰਮੀ ਨਿੰਮੀ ਚਾਨਣੀ 'ਚ ਬੜਾ ਸੋਹਣਾ ਲੱਗਦਾ ਸੀ ਕੀ ਗੱਲ ਸੀ ਦੱਸੋ ਪਰ ਮੈਂ ਗੱਲ ਕੀ ਕਰਦਾ ਮੈਨੂੰ ਤੇ ਮੇਰੇ ਅੰਦਰ ਵਾਲਾ ਬੰਦਾ ਹੀ ਗੱਲ ਨਹੀਂ ਸੀ ਕਰਨ ਪਿਆ ਦਿੰਦਾ ਮੈਂ ਘੜੀ-ਮੂੜੀ ਪਿਆ ਤਲਵਾਰ ਦੇ ਦਸਤੇ ਨੂੰ ਘੁੱਟ-ਘੁੱਟ ਕੇ ਮੋਢੇ 'ਚ ਲੈਂਦਾ ਸਾਂ ਤੇ ਮੇਰੀ ਮੁੱਠ ਮੁੜਕੇ ਨਾਲ ਭੇਜ ਜਾਂਦੀ ਸੀ ਪਤਾ ਨਹੀਂ ਕੀ ਗੱਲ ਸੀ ਉਦੋਂ ਪਹਿਲਾਂ ਤਾਂ ਇਹੋ ਜੇ ਵੇਲੇ ਮੇਰਾ ਹੱਥ ਕਦੀ ਨਹੀਂ ਸੀ ਕੰਬਿਆ ਕੀ ਗੱਲ ਸੀ ਕੀ ਪੀ ਸੋਚਦੇ ਹੋ ਪਰ ਤੁਸੀਂ ਤਗੜੇ ਤੇ ਹੋ ਉਹਨੇ ਖਬਰੇ ਚੰਨ ਦੀ ਉਸ ਨਿੰਮੀ ਜਈ ਲੋਹ ਵਿੱਚ ਮੇਰੇ ਮੱਥੇ ਤੇ ਮੁੱੜਕਾ ਆਉਂਦਾ ਤੇ ਮੇਰੇ ਚਿਹਰੇ ਦਾ ਰੰਗ ਬਦਲਦਾ ਵੇਖ ਲਿਆ ਸੀ ਮੈਂ ਆਖਰੀ ਵਾਰ ਤਲਵਾਰ ਦੇ ਦਸਤੇ ਨੂੰ ਘੁੱਟ ਕੇ ਹੱਥ ਪਾਇਆ ਜਿੰਦੂ ਨੂੰ ਫੜ ਕੇ ਮੈਂ ਛਾਤੀ ਨਾਲ ਲਾ ਲਿਆ ਦੂਰ ਖਲੋਤਿਆ ਮੈਂ ਉਹਦੀਆਂ ਅੱਖਾਂ ਕੋਲੋਂ ਡਰ ਪਿਆ ਹੁੰਦਾ ਸੀ ਉਸੇਂਤੀ სიმਟਾਈ ਮੇਰੇ ਨਾਲ ਲੱਗ ਗਈ ਗਰਮ ਰੂਹ ਵਾਂਗ ਤੇ ਪਿੰਡੇ ਤੇ ਜਵਾਨੀ ਦੇ ਮੁੜਕੇ ਦੀ ਮਹਿਕ ਨੇ ਮੈਨੂੰ ਉਹ ਨਸ਼ਾ ਦਿੱਤਾ ਜਿਹੜਾ ਰੂਪ ਕੋਲ ਹੈ ਨਹੀਂ ਸੀ ਪਤਾ ਨਹੀਂ ਕਿਉਂ ਮੈਂ ਉਹਦੇ ਉਹਦਾ ਮੂੰਹ ਤਾਂ ਚੁੱਕ ਕੇ ਮੱਥਾ ਚੁੰਮਿਆ ਉਹਦੇ ਮੱਥੇ ਦਾ ਗਰਮ ਤੇ ਲੋਣ ਵਾਲਾ ਮੁੜਕਾ ਮੇਰੇ ਬੁੱਲਾਂ ਨੂੰ ਐਉਂ ਲੱਗਿਆ ਜਿਵੇਂ ਸਿਖਰ ਦੁਪਹਿਰ 'ਚ ਕਿਸੇ ਤਰ੍ਹਾਂ ਦੇ ਨੂੰ ਢੀਕ ਨਾਲ ਪਾਣੀ ਪੀ ਕੇ ਸੁਆਦ ਆਉਂਦਾ ਫਿਰ ਰੂਪ ਮੇਰੇ ਸਾਹਮਣੇ ਆ ਗਈ ਮੈਨੂੰ ਉਹ ਕੰਮ ਯਾਦ ਆ ਗਿਆ ਜਿਹੜਾ ਕਰਨ ਲਈ ਮੈਂ ਪਿੰਡੋਂ ਆਇਆ ਸੀ ਮੈਂ ਧੱਕਾ ਦੇ ਕੇ ਜਿੰਦੂ ਨੂੰ ਆਪਣੇ ਨਾਲੋਂ ਲਾ ਕੇ ਦੂਰ ਕਰ ਦਿੱਤਾ ਉਹ ਸੈਮੀ ਹੋਈ ਇੱਧਰ ਉੱਧਰ ਦੇਖਣ ਲੱਗ ਪਈ ਮੇਰਾ ਥੁੱਕ ਖੁਸ਼ਕ ਹੋ ਗਿਆ ਕਿਰਪਾਨ ਦੇ ਦਸਤੇ ਤੇ ਮੁੱਠ ਹੋਰ ਕੁੱਟੀ ਗਈ ਕਿਰਪਾਨ ਉਬਰੀ ਤੇ ਜਿੰਦੂ ਦਾ ਸਿਰ ਧੜ ਤੋਂ ਜੁਦਾ ਹੋਇਆ ਪਿਆ ਸੀ ਤੇ ਲਹੂ ਦੇ ਫੁਆਰੇ ਚੱਲਣ ਡਏ ਸਨ ਮੈਂ ਘੋੜੀ ਤੇ ਚੜਿਆ ਤੇ ਉਹਨੂੰ ਅੱਡੀ ਲਾਤੀ ਮੇਰੀ ਘੋੜੀ ਹਵਾ ਵਾਂਗ ਉੱਡਦੀ ਪਿੰਡ ਨੂੰ ਜਾ ਰਹੀ ਸੀ ਤੇ ਮੇਰੇ ਅੱਗੇ ਜਿੰਦੂ ਦਾ ਗੁਲਾਬ ਦੇਵ ਬੱਡੇ ਫੁੱਲ ਵਾਂਗਰ ਦਾ ਚਿਹਰਾ ਉੱਡਦਾ ਜਾਂਦਾ ਸੀ ਤੇ ਉਹਦੀਆਂ ਤਿੱਖੀਆਂ ਨਜ਼ਰਾਂ ਮੇਰੇ ਦਿਲ 'ਚ ਖੁੱਭਦੀਆਂ ਜਾਂਦੀਆਂ ਸਨ ਕੀ ਗੱਲ ਗੱਲ ਕਰੋ ਕੀ ਗੱਲ ਸੀ ਗੱਲ ਕਰੋ ਕੀ ਗੱਲ ਸੀ ਗੱਲ ਕਰੋ ਹਵਾ ਦੀਆਂ ਸੀਟੀਆਂ ਦੇ ਨਾਲ ਜਦੋਂ ਜਿੰਦੋ ਦੀ ਨਿੰਮੀ ਨਿੰਮੀ ਆਵਾਜ਼ ਮੇਰੇ ਕੰਨਾਂ ਦੀ ਲੰਘ ਕੇ ਮੇਰੇ ਦਿਲ 'ਚ ਖੁੱਭਦੀ ਜਾਂਦੀ ਸੀ ਹਵੇਲੀ ਅੱਗੇ ਆ ਕੇ ਮੈਂ ਘੋੜੀ ਡੱਕ ਦਿੱਤੀ ਫਿਰ ਰੂਪੋਂ ਨੂੰ ਦੱਸਿਆ ਇੰਦਰ ਸਿੰਘ ਦੀ ਸੈਮੀ ਦੀ ਆਵਾਜ਼ ਆਈ ਨਹੀਂ ਤੂੰ ਅੱਜ ਪਹਿਲਾ ਬੰਦਾ ਹੈ ਜਿਹਦੇ ਨਾਲ ਇਹ ਗੱਲ ਕੀਤੀ ਪਰ ਪਾਉ ਤੇ ਤੈਨੂੰ ਤੇ ਪਤਾ ਹੈ ਆਹੋ ਪਾਉ ਦੀਆਂ ਡੁੰਗੀਆਂ ਤੇ ਚੁੱਪਚਾਪ ਅੱਖਾਂ ਮੈਨੂੰ ਹਮੇਸ਼ਾ ਆਖਦੀਆਂ ਨੇ ਸਾਨੂੰ ਪਤਾ ਹੈ ਸਾਨੂੰ ਪਤਾ ਹੈ ਪਰ ਫਿਰ ਕੀ ਹੋਇਆ ਜੇ ਉਹਨੂੰ ਪਤਾ ਹੈ ਆਹੋ ਤੂੰ ਗੱਲ ਕਰ ਫਿਰ ਇੰਦਰ ਸਿੰਘ ਆਕਣ ਲੱਗਾ ਫਿਰ ਇੱਕ ਦਿਨ ਰਾਤੀ ਪਿਛਲੇ ਸਾਲ ਦੀ ਗੱਲ ਹੈ ਰੂਪੋ ਹਵੇਲੀ ਆਈ ਸੀ ਤੇ ਮੈਂ ਤੁਹਾਨੂੰ ਦੱਸਿਆ ਨਾ ਕਿ ਜਦੋਂ ਦਾ ਭਾਈਆ ਮਰ ਗਿਆ ਪਾਉ ਆਪ ਵੀ ਘਾਰ ਹੀ ਸੌਂਦਾ ਤੇ ਘੋੜਾ ਵੀ ਘਾਰ ਹੀ ਬੰਦ ਹੈ ਤੇ ਹਵੇਲੀ ਮੈਂ ਤੇ ਨਿੱਕਾ ਈਸਾਈ ਹੁੰਦੇ ਆ। ਉਦੋਂ ਸਰਗੀ ਵੇਲੇ ਰੂਪੋ ਮੇਰੀ ਰਜਾਈ ਚੋਂ ਨਿਕਲ ਕੇ ਚੱਲੀ ਸੀ। ਬੜਾ ਪਾਲਾ ਸੀ। ਉਦੋਂ ਤੇ ਕੁਝ ਮੈਨੂੰ ਨੀਂਦ ਆਈ ਹੋਈ ਸੀ। ਜਿਹੜਾ ਮੈਂ ਉਹਨੂੰ ਗਾਂਹ ਨਾ ਛੱਡਣ ਗਿਆ। ਰੂਪੋ ਉਦੋਂ ਹਵੇਲੀ ਦਾ ਵੱਡਾ ਬੁਆ ਹੀ ਲੰਗੀ ਸੀ ਤੇ ਅੱਗੋਂ ਭਾਈ ਆਉਣ ਡਿਆ ਸੀ ਤੇ ਭਾਉ ਨੇ ਉਹਨੇ ਖਿਲਾਰ ਲਿਆ। ਕੁੜੀਏ ਆਪਣੇ ਘਰ ਦੀ ਨਹੀਂ ਤਾਂ ਸਾਡੀ ਇੱਜ਼ਤ ਦਾ ਖਿਆਲ ਕਰ। ਤੇ ਭਾਉ ਨੂੰ ਉਦੋਂ ਮੇਰੇ ਤੇ ਰੂਪੋ ਦੇ ਘਰਾਨੇ ਦਾ ਪਤਾ ਲੱਗ ਗਿਆ। ਅਗਲੇ ਦਿਨ ਚਾਚਾ ਹਾਕੂ ਮੈਨੂੰ ਸਮਝਾਉਣਾ ਆ। ਉਹਨੂੰ ਭਾਉ ਨੇ ਘੱਲਿਆ ਸੀ ਉਹ ਪੁਰਾਣੀਆਂ ਗੱਲਾਂ ਕਰਦਾ ਸੀ ਚਾਚਾ ਹਾਕੂ ਇਹ ਹੋ ਜਾਏਗਾ ਉਹ ਹੋ ਜਾਏਗਾ ਕਤਲ ਹੋ ਜਾਣਗੇ ਭਰਾ ਲੱਖੀ ਹੱਥ ਨਹੀਂ ਆਉਂਦੇ ਓਏ ਸ਼ਮਸ਼ੇਰ ਸਿੰਘਾ ਭਰਾ ਲੱਖੀ ਹੱਥ ਨਹੀਂ ਆਉਂਦੇ ਇੰਦਰ ਸਿੰਘ ਨੇ ਨਾਰਾ ਮਾਰਿਆ ਰੰਨਾ ਦਾ ਕਾਲ ਨਹੀਂ ਬੰਦੇ 'ਚ ਰੱਤ ਹੋਵੇ ਤਾਂ ਰੰਨਾ ਪਿੱਛੇ ਭੱਜੀਆਂ ਫਿਰਦੀਆਂ ਨੇ ਪਰ ਮੂਰਖਾ ਭਰਾ ਨਹੀਂ ਲੱਭਦੇ ਫੇਰ ਫਿਰ ਹਰਬਚਨ ਸਿੰਘ ਵਾਂਗਰ ਦਾ ਭਰਾ ਓਏ ਤੂੰ ਪੱਥਰ ਦੇ ਬਦਲੇ ਹੀਰਾ ਗਵਾਉਣ ਡਿਆ ਉਹ ਛੱਡੇ ਨਾ ਗੱਲਾਂ ਨੂੰ ਇੰਦਰਾ ਜੋ ਹੋਣਾ ਸੀ ਹੋ ਗਿਆ ਉਨਾ ਹਰ ਵਚਨ ਮੈਨੂੰ ਭਰਾ ਸਮਝਦਾ ਹੈ ਨਾ ਮੈਂ ਉਹਨੂੰ ਤੁਹਾਡੀ ਸੁਲਾ ਕਰਾ ਦਿੰਨੇ ਆ ਇਹ ਤੁਹਾਡੇ ਵਖ ਵਖ ਹੋਣ ਨਾਲ ਪਰਾ ਘਰ ਮੁੱਕ ਜਾਏਗਾ ਸ਼ਮਸ਼ੀਰ ਸਿੰਘਾ ਨਈਂ ਇੰਦਰਾ ਜਦੋਂ ਇੱਕ ਵਾਰੀ ਦਿਲਾਂ 'ਚ ਗੰਡਾ ਪੈ ਜਾਣ ਫਿਰ ਸੁਲਾ ਕਦੀ ਨਹੀਂ ਹੁੰਦੀ ਤੇ ਭਾਉ ਨਾਲ ਸੁਲਾ ਦੀ ਇੱਕ ਹੀ ਸੂਰਤ ਹੈ ਕੀ ਇੰਦਰ ਸਿੰਘ ਉਹਦੀ ਗੱਲ ਟੁੱਕ ਕੇ ਛੇਤੀ ਨਾਲ ਲਾਕਣ ਲੱਗਾ ਭਈ ਮੈਂ ਰੂਪੋ ਨੂੰ ਛੱਡ ਦੇਆ ਤੇ ਛੱਡ ਦੇ ਉਹ ਤੇਰੀ ਅਕਲ ਤੇ ਕਾਇਮ ਹੈ ਇੰਦਰਾ ਹੁਣ ਜਦੋਂ ਸਾਰੀ ਦੁਨੀਆ 'ਚ ਇਸ ਗੱਲ ਦਾ ਢੋਲ ਵੱਜ ਗਿਆ ਤੇ ਮੈਂ ਕਿਹੜੇ ਮੂੰਹ ਨਾਲ ਉਹਨੂੰ ਛੱਡ ਦਿਆਂ ਤੇ ਰੂਪੋ ਦੀ ਡੋਲੀ ਹੋਰ ਕਿਸੇ ਨਾਲ ਕਿਵੇਂ ਟੁਰ ਜਾਣਦਿਆਂ ਔਰ ਮੈਂ ਮਰਦਾ ਤੇ ਮੈਂ ਰੂਪੋ ਨੂੰ ਕਾਲ ਦਿੱਤਾ ਹੁਣ ਭਾਵੇਂ ਸਾਰੀ ਦੁਨੀਆ ਹੀ ਫਿਰ ਜਾਏ ਮੈਂ ਕਾਲ ਨਹੀਂ ਹਾਰਨਾ ਤੂੰ ਇੱਕ ਹਰਬਚਨ ਸਿੰਘ ਦੀ ਗੱਲ ਕਰਦਾ ਮੇਰੀ ਰਾਜ ਤੇ ਹਾਰਨਾ ਤੂੰ ਇੱਕ ਹਰਬਚਨ ਸਿੰਘ ਦੀ ਗੱਲ ਨਾ ਕਰ ਬੇਸ਼ੱਕ 100 ਵੀ ਆ ਜਾਣ ਹਰਬਚਨ ਸ਼ਮਸ਼ੇਰ ਸਿੰਘਾ ਜੋਸ਼ ਨਾਲ ਕੈਂਡਿਆ ਸੀ ਓਏ ਤੇਰੀ ਤੇ ਰਾਤੀ ਸਫੈਦ ਹੋ ਗਈ ਐ ਸ਼ਮਸ਼ੇਰ ਸਿਆ ਕਦੀ ਭਰਾ ਭਰਾ ਦੇ ਲਹੂ ਦਾ ਤਰਹਿਆ ਨਹੀਂ ਸੀ ਹੋਇਆ ਕੁਝ ਤੇ ਅਕਲ ਕਰ ਮੈਨੂੰ ਨਹੀਂ ਪਤਾ ਅਕਲ ਕੀ ਹੁੰਦੀ ਐ ਇੰਦਰ ਸਿੰਘ ਪਰ ਮੈਂ ਤੇ ਇੱਕ ਗੱਲ ਜਾਣਨਾ ਵਾ ਭਈ ਮੇਰੇ ਰਾਜ ਭਾਵੇਂ ਸਾਰੀ ਦੁਨੀਆ ਆਗੇ ਖਲੋ ਜਾਏ ਮੈਂ ਰੂਪੋ ਦੀ ਬਾਣੀ ਛੱਡਨੀ ਭਈ ਜੇ ਦਿਲ ਦੀ ਪੁੱਛੇ ਤੇ ਹੱਕ ਵੀ ਇਹ ਹੋਏ ਮੈਂ ਤੇ ਤੇਰੀ ਤੇ ਹਰ ਬਚਨ ਦੀ ਲੜਾਈ ਤੋ ਆਖਣਾ ਨਹੀਂ ਤੇ ਰੂਪੋ ਦੀਆਂ ਤੇ ਗੱਲਾਂ ਹੀ ਸੁਣ ਸੁਣ ਕੇ ਬੰਦਾ ਹੈਰਾਨ ਹੋ ਜਾਂਦਾ ਬੜੀ ਦਲੇਰ ਰਾਣੇ ਭਈ ਇੰਦਰ ਸਿੰਘ ਆਖਣ ਲੱਗਾ ਆਹੋ ਅਜੇ ਪਿਛਲੇ ਦਿਨ ਦੀ ਗੱਲ ਹੈ ਜਦੋਂ ਇਹ ਸਾਡੀ ਗੱਲ ਨਿਕਲੀ ਤੇ ਉਹਦੇ ਭਰਾਵਾਂ ਨੇ ਉਹਨੂੰ ਪੁੱਛਿਆ ਤੇ ਉਹਨੇ ਲਲਕਾਰ ਕੇ ਆਖਿਆ ਆਹੋ ਠੀਕ ਹੈ ਮੈਂ ਤੇ ਉਹਦੇ ਘਰ ਹੀ ਵਸਣਾ ਤੇ ਸੋਹ ਗੁਰੂ ਦੀਓ ਤੇ ਬਾਹਰ ਖੜੀ ਕਰਕੇ ਆਖਦੀਏ ਕਿ ਜੇ ਵਸੀ ਤੇ ਸ਼ਮਸ਼ੇਰ ਦੇ ਵਸਣਾ ਤੇ ਉਹਦੀਆਂ ਹੱਡੀਆਂ ਉਹਨਾਂ ਮਾਰ ਮਾਰ ਕੇ ਤੋੜ ਛੱਡੀਆਂ ਨੇ ਪਰ ਉਹ ਨਹੀਂ ਹਾਰਦੀ ਇਹ ਸੱਚੀ ਮੱਚੀ ਉਹ ਬੜੇ ਗੁਰਦੇ ਵਾਲੀ ਕੁੜੀ ਹੈ ਇੰਦਰ ਇੰਦਰਾ ਸ਼ਮਸ਼ੇਰ ਸਿੰਘ ਆਖਣ ਲੱਗਾ ਇੰਨਾ ਹੀ ਸੁਣਿਆ ਮੈਂ ਵੀ ਪਰ ਲੋਕ ਆਖਦੇ ਨੇ ਉਹ ਕਿਤੇ ਉਹਦਾ ਸਾਖ ਕਰਦੇ ਫਿਰਦੇ ਨੇ ਕਰਦੇ ਫਿਰਦੇ ਨਹੀਂ ਕਰ ਛੱਡਿਆ ਕਿੱਥੇ ਇੰਦਰ ਸਿੰਘ ਹੈਰਾਨ ਹੋ ਕੇ ਪੁੱਛਣ ਲੱਗਾ ਪੰਡੋਰੀ ਤੇਜਾ ਸਿੰਘ ਬਾਜਵੇ ਦੇ ਨਿੱਕੇ ਮੁੰਡੇ ਨਾਲ ਤੇ ਵਿਆਹ ਕਰ ਦੋ ਅਗਲੇ ਮਹੀਨੇ ਦੀ ਪਹਿਲੀ ਜੰਜ ਟੁਕਣੀ ਤੇ ਤੂੰ ਕਿ ਉਡੀਕਣਾ ਹੈ ਫਿਰ ਹੁਣ ਮਹੀ ਦੀ ਪਹਿਲੀ ਕਿਉਂ ਮੈਂ ਆਖਣਾ ਵਾ ਬਈ ਕਿਤੇ ਮੇਰੇ ਨਾਲ ਦੋ ਬਾਵਾ ਹੋਰ ਹੁੰਦੀਆਂ ਤਾਂ ਮੈਂ ਬਾਜਵੇਆਂ ਨੂੰ ਰਾਹ ਪਾ ਦਿੰਦਾ ਕਿਉਂ ਉਹ ਚਿੱਟੇ ਦਿਨ ਜੰਝ ਡੱਕ ਕੇ ਮੈਂ ਉਹਨਾਂ ਨੂੰ ਦੱਸਦਾ ਪਈ ਸੂਰਮੇ ਰੰਨ ਨੂੰ ਚੋਰਾ ਵਾਂਗਰ ਕੱਢ ਕੇ ਨਹੀਂ ਖੜਦੇ ਚਿੱਟੇ ਦਿਨ ਲਲਕਾਰ ਕੇ ਖੋਹ ਲੈਂਦੇ ਨੇ ਸ਼ਮਸ਼ੇਰ ਸਿੰਘ ਦੀਆਂ ਅੱਖੀਆਂ ਬੜੀਆਂ ਡਰਾਉਣੀਆਂ ਹੋ ਗਈਆਂ ਸਨ ਪਰ ਇਹ ਕੰਮ ਅਕਲ ਦਾ ਨਹੀਂ ਜਦੋਂ ਇੱਕ ਕੰਮ ਚੁੱਪ ਕਰਕੇ ਹੋ ਜਾਏ ਤੇ ਫਿਰ ਖੱਪ ਪਾਉਣ ਦਾ ਤੇ ਖੂਨ ਖਰਾਬਾ ਕਰਨ ਦਾ ਕੀ ਫਾਇਦਾ ਪਰ ਰੂਪਰ ਨੂੰ ਲੈ ਕੇ ਕਿੱਥੇ ਜਾਏਗਾ ਇਹ ਗੱਲਾਂ ਅਜੇ ਦੂਰ ਦੀਆਂ ਨੇ ਵੇਲਾ ਆ ਲੈਣ ਦੇ ਫਿਰ ਦੱਸਾਂਗਾ ਮਹੀਨੇ ਦੀ ਪਹਿਲੀ ਵਾਲੀ ਗੱਲ ਫਿਰ ਪੱਕੀ ਹੋਈ ਨਾ ਅਹੋ ਪੱਥਰ ਤੇ ਲੇਖ ਮੈਂ ਸ਼ਾਮਾਂ ਨੂੰ ਹੀ ਤੇਰੇ ਘਰ ਵੱਲ ਆਵਾਂਗਾ ਫਿਰ ਜੋ ਵਾਈ ਗਰੁੱਪ ਕਰੇ ਚੰਗਾ ਅਖੀਰ ਲੰਗ ਦਸਵਾਂ ਉਹਦਣ ਮਹੀਨੇ ਦੀ ਪਹਿਲੀ ਤਰੀਕ ਸੀ ਸਰਦਾਰ ਕਰਤਾਰ ਸਿੰਘ ਸੰਧੂ ਦੀ ਹਵੇਲੀ 'ਚ ਦੇਗਾਂ ਚੜੀਆਂ ਸਨ ਲੋਡੇ ਵੇਲੇ ਸਰਦਾਰ ਕਰਤਾਰ ਸਿੰਘ ਨੇ ਆਪਣੇ ਪਸਾਰ ਚ ਖਲੋਕੇ ਤੋਤੇ ਲੀੜੇ ਪਾ ਕੇ ਚਿੱਟੀ ਪੱਗ ਬੱਧੀ ਤੇ ਆਪਣੇ ਨਿੱਕੇ ਮੁੰਡੇ ਨੂੰ ਪੁੱਛਣ ਲੱਗਾ ਅਜੇ ਜੰਜਤੇ ਨਹੀਂ ਆਉਂਦੀ ਦਿਸਤੀ ਕਿਤੇ ਨਹੀਂ ਭਾਈਆ ਓਏ ਰਜਿੰਦਰਾ ਉਰੇਆ ਉਹਨੇ ਮੁੰਡੇ ਨੂੰ ਕੋਲ ਸਦਿਆ ਤੇ ਹੌਲੀ ਜੀ ਆਖਣ ਲੱਗਾ ਓਏ ਉਸ ਮਾਂ ਦੇ ਖਸਮ ਦਾ ਵੀ ਧਿਆਨ ਰੱਖਿਆ ਜੀ ਕਿਤੇ ਗੜਬੜੀ ਨਾ ਕਰੇ ਨਹੀਂ ਭਾਈਆ ਅਸੀਂ ਤੇ ਆਪ ਉਹਨੂੰ ਦੇਖਨੇ ਪਏ ਆ ਪਰ ਉਹ ਪਰਸੋਂ ਦਾ ਪਿੰਡ ਹੀ ਛੱਡ ਕੇ ਨਸ ਗਿਆ ਇਧਰੋਂ ਵੇਲੇ ਹੋ ਲਈਏ ਤੇ ਉਹਦੇ ਨਾਲ ਵੀ ਗੱਲ ਕਰ ਲੈਣੇ ਆ ਅਸੀਂ ਬੜਾ ਚੁੱਪ ਕਰਕੇ ਵੇਖ ਲਿਆ ਪਰ ਉਹ ਸਾਡੇ ਨਾਲ ਹੱਥ ਕਰਨੋਂ ਨਹੀਂ ਮੁੜਦੇ ਤੇ ਗੱਲ ਉੜਦੀ ਉੜਦੀ ਕਿਤੇ ਰੂਪੂ ਦੇ ਕੰਨਾਂ 'ਚ ਵੀ ਪੈ ਗਈ। ਪਿਛਲੇ ਅੰਦਰ ਬੈਠਿਆ ਉਹਨੂੰ ਇੰਜ ਲੱਗਾ ਜਿਵੇਂ ਸ਼ਮਸ਼ੇਰ ਉਹਨੂੰ ਕਿਸੇ ਖੂਚ ਧੱਕਾ ਦੇ ਕੇ ਟੁਰ ਗਿਆ ਹੋਵੇ। ਉਹ ਕਿੱਥੇ ਟੁਰ ਗਿਆ ਹੈ ਉਹ ਕਿਉਂ ਟੁਰ ਗਿਆ ਹੈ ਤੇ ਉਹਦੇ ਅਥਰੂ ਮੁੜ ਕੇ ਵਿੱਚ ਤੇ ਮੁੜਕਾ ਅਥਰੂ ਅੰਝ ਰਲਦਾ ਰਿਹਾ। ਉਤੇ ਸ਼ਾਮਾਂ ਨੂੰ ਹਾਕਾ ਮਾਛਣ ਜਦੋਂ ਦੇਗਾਂ ਲਈ ਪਾਣੀ ਦੇ ਕੇ ਘਰ ਆਈ ਤੇ ਉਹਨੇ ਹੌਲੀ ਜਿਹੇ ਰੂਪੂ ਦੇ ਕੰਨ 'ਚ ਆਖਿਆ ਅੱਜ ਪਹਿਲ ਰਾਤ ਵੇਲੇ ਮੜੀਆਂ ਵਾਲੇ ਖੂਹ ਤੇ ਉਹ ਤੈਨੂੰ ਦੇਖਦਾ ਹੋਵੇਗਾ। ਤੇ ਰੂਪੂ ਦੀ ਜਾਨ 'ਚ ਜਾਨ ਆਈ। ਤੇ ਨਾਲ ਹੀ ਜਾਂ ਜਾਵੇ ਪਿੰਡ ਦੇ ਉਹ ਬੰਦੇ ਜਿਹੜੇ ਨਾ ਦੋਹਾਂ گروਹਾਂ ਤੋਂ ਅੱਡੇ ਸਨ ਇੱਕ ਦੂਜੇ ਕੋਲੋਂ ਪਈ ਪੁੱਛਦੇ ਸਨ ਸ਼ਮਸ਼ੀਰ ਕਿੱਥੇ ਹੈ ਸ਼ਮਸ਼ੀਰ ਕਿੱਥੇ ਹੈ ਤੇ ਕਿਸੇ ਹੋਣ ਵਾਲੀ ਗੱਲ ਨੂੰ ਪਏ ਉਡੀਕਦੇ ਸਨ ਉਹ ਗੱਲ ਕਿਸ ਤਰ੍ਹਾਂ ਹੋਣੀ ਹੈ ਕਦੋਂ ਹੋਣੀ ਹੈ ਇਹ ਕਿਸੇ ਨੂੰ ਪਤਾ ਨਹੀਂ ਸੀ ਪਰ ਇਹ ਯਕੀਨ ਹਰ ਬੰਦੇ ਨੂੰ ਸੀ ਸਾਰਿਆਂ ਨੂੰ ਪਤਾ ਸੀ ਪਈ ਸ਼ਮਸ਼ੀਰ ਹਰ ਬੰਦੇ ਨੂੰ ਸੀ ਪਈ ਹੋਣਾ ਕੁਝ ਜ਼ਰੂਰ ਹੈ ਸਾਰਿਆਂ ਨੂੰ ਪਤਾ ਸੀ ਵੀ ਸ਼ਮਸ਼ੇਰ ਜਿਹੜਾ ਨਿੱਕੀ ਜੀ ਗੱਲ ਤੇ ਅੜ ਕੇ ਲੜਨ ਮਰਨ ਲਈ ਤਿਆਰ ਹੋ ਜਾਂਦਾ ਐ ਐਡੀ ਵੱਡੀ ਗੱਲ ਤੇ ਕਿਸ ਤਰ੍ਹਾਂ ਚੁੱਪ ਰਹੇਗਾ ਤੇ ਸ਼ਮਸ਼ੇਰ ਜ਼ਖਮੀ ਸ਼ੇਰ ਵਾਂਗ ਫਿਰਦਾ ਜਦੋਂ ਕਿਤੇ ਲੱਭਦਾ ਸੀ ਕਿਸੇ ਬੰਦੇ ਦੀ ਜਾਨ ਨਹੀਂ ਸੀ ਵੀ ਉਹਦੇ ਨਾਲ ਕੁਝ ਗੱਲ ਕਰ ਲੈ ਤੇ ਲੋਕੀ ਇੱਕ ਦੂਜੇ ਕੋਲੋਂ ਪੁੱਛਣ ਡਏ ਸਨ ਵੀ ਸ਼ਮਸ਼ੇਰ ਕਿੱਥੇ ਐ ਤੇ ਹਰਬਚਨ ਸਿੰਘ ਘੜੀਮੁੜੀ ਘਰ ਜਾ ਕੇ ਬੀਬੇ ਕੋਲੋਂ ਪੁੱਛਦਾ ਸ਼ਮਸ਼ੇਰ ਕਿੱਥੇ ਐ ਤੇ ਬੇਬੇ ਉਦਨ ਦੀ ਰੂਪੋ ਤੇ ਉਹਦੇ ਘਰ ਵਾਲਿਆਂ ਨੂੰ ਗਾਲ੍ਹਾਂ ਤੇ ਬਦਦਵਾਵਾਂ ਦੇਣ ਦੇਈ ਸੀ ਤੇ ਸ਼ਮਸ਼ੇਰ ਸਿੰਘ ਉਸ ਵੇਲੇ ਅੰਦਰ ਸਿੰਘ ਨੂੰ ਬਸੰਤਰ ਤੋਂ ਪਾਰ ਵੱਡੇ ਅੰਬ ਥਲੇ ਘੋੜੀਆਂ ਫੜਾ ਕੇ ਖਲਾਰ ਆਇਆ ਸੀ ਤੇ ਆਪ ਉਹ ਮੜੀਆਂ ਵਾਲੇ ਖੂਹ ਤੇ ਬਾਠਾ ਰੂਪੋ ਨੂੰ ਪਿਉ ਉਡੀਕਦਾ ਸੀ ਰਾਤ ਬੜੀ ਹਨੇਰੀ ਸੀ ਕਿਤੇ ਕਿਤੇ ਚਾਦਰ ਜਿੱਡੇ ਬੱਦਲ ਅਸਮਾਨ ਤੇ ਤੁਰੇ ਫਿਰਦੇ ਸਨ ਨਿਮੀ ਨਿਮੀ ਪੁਰੇ ਦੀ ਵਾਪਈ ਵਗਦੀ ਸੀ ਪਿੰਡ ਵੱਲੋਂ ਕਦੀ ਕਦੀ ਕੁੱਤਿਆਂ ਦੇ ਭੌਂਕਣ ਵਾਲੀ ਭੰਡੀ ਵੇਖਣ ਲੱਗ ਪੈਂਦਾ ਪਰ ਫਿਰ ਇੱਧਰ ਉੱਧਰ ਕੋਈ ਗਿੰਦ ਕਿ ਤੜਫਾਂਕ ਪੈਂਦਾ ਤੇ ਸ਼ਮਸ਼ੇਰ ਦਾ ਧਿਆਨ ਉੱਧਰ ਟੁਰ ਜਾਂਦਾ ਉਹਨੇ ਠਾਠਾ ਹੋਰ ਕੁੱਟ ਕੇ ਬੰਨ ਲਿਆ ਤੇ ਤਲਵਾਰ ਦੀ ਧਾਰ ਤੇ ਉਂਗਲੀ ਫੇਰ ਕੇ ਖੇਤੀਆਂ ਸਿਰ ਤੇ ਆ ਗਈਆਂ ਪਰਾਂ ਨਾਲ ਹੀ ਕੰਬ ਦੇ ਸੁੱਕੇ ਬੂਟੇ ਤੇ ਬੈਠਾ ਉੱਲੂ ਬੋਲ ਪਿਆ ਸ਼ਮਸ਼ੇਰ ਸਿੰਘ ਨੇ ਪਿੰਡੋਂ ਆਉਂਦੀ ਡੰਡੀ ਤੇ ਫਿਰ ਨਜ਼ਰਾਂ ਜਮਾ ਕੇ ਵੇਖਿਆ ਇੱਕ ਪਰਛਾਵਾਂ ਜਿਹਾ ਹੌਲੀ-ਹੌਲੀ ਟੁਰਿਆ ਆਉਂਦਾ ਸੀ ਪਰਛਾਵਾਂ ਜਿਹਾ ਕੀ ਰੋਟ ਟੁਰਿਆ ਆਉਂਦੀ ਸੀ ਤੇ ਸ਼ਮਸ਼ੇਰ ਸਿੰਘ ਚੁੱਪਚਾਪ ਬਠਾਰਿਆ ਰੂਪੋ ਕੋਲ ਆਈ ਤੇ ਉੱਠ ਕੇ ਖਲੋ ਗਿਆ ਬੜਾ ਛਿਰ ਕਰ ਦਿੱਤਾ ਤੇ ਰੂਪੋ ਦੇ ਚੌੜੇ ਤੇ ਗਰਮ ਸੀਨੇ ਨਾਲ ਲੱਗੀ ਆਖਾਂ ਲੱਗੀ ਉਥੋਂ ਨਿਕਲਣ ਦੀ ਵਾਈ ਨਹੀਂ ਸੀ ਚਲਦੀ ਉਹ ਤੇ ਰੱਬ ਭਲਾ ਕਰੇ ਹਾਕਾਂ ਮਾਛਣ ਦਾ ਜਿਹੜੀ ਮੈਨੂੰ ਉਥੋਂ ਕੱਢ ਕੇ ਲਿਆਈਏ ਤੇ ਆਲੇ ਫੜ ਸੰਭਲੇ ਇਹ ਕੀ ਹੈ ਮੇਰੀਆਂ ਟੁੰਬਾ ਤੇ ਸ਼ਮਸ਼ੇਰ ਨੇ ਟੁੰਬਾ ਦੀ ਪੋਟਲੀ ਚਾਦਰ ਦੀ ਡੱਬੇ ਚ ਲੈ ਲਈ ਤੇ ਉੱਠ ਹਣ ਚਲੀਏ ਕੋਈ ਪਿੰਡੋਂ ਵੱਲੋਂ ਆ ਨਾ ਜਾਈ ਅੜਿਆ ਚੱਲ ਅਸਾਂ ਕਿੱਧਰ ਨੂੰ ਜਾਣਾ ਹੈ ਇੱਥੋਂ ਨਾਰੋਵਾਲ ਤੇ ਉੱਥੋਂ ਸਰਗੀ ਵੇਲੇ ਦੀ ਗੱਡੀ ਤੇ ਤੇ ਅੱਗੋਂ ਅੱਗੋਂ ਜਿੱਥੇ ਰੱਬ ਲੈ ਜਾਏ ਪਰ ਪਹਿਲਾਂ ਲਾਇਲਪੁਰ ਚੱਲਾਂਗੇ ਉੱਥੇ ਇੱਕ ਯਾਰ ਏ ਹੁਣ ਛੇਤੀ ਟੁਰੇ ਜੇ ਬੜਾ ਪੈਂਡਾ ਮਾਰਨਾ ਹੈ ਅਸਾਂ ਪੈਦਲ ਹੀ ਨਹੀਂ ਬਸੰਤਰ ਤੋਂ ਪਾਰ ਘੋੜੀਆਂ ਖਲੋਤੀਆਂ ਨੇ ਤੇ ਅੱਗੋਂ ਅਸਾਂ ਮਿੰਟ ਸਕੈਂਟ ਖਲੋਜ ਆ ਬਈ ਜਵਾਨਾ ਕੋਲੋਂ ਇੱਕ ਭਾਰੀ ਜੀ ਤਿੱਖੀ ਜਿਹੀ ਆਵਾਜ਼ ਆਈ ਰਿਪੋ ਦਰ ਸ਼ਮਸ਼ੇਰ ਦੇ ਨਾਲ ਚੰਬੜ ਗਈ ਤੇ ਸ਼ਮਸ਼ੇਰ ਸਿੰਘ ਨੇ ਤਲਵਾਰ ਦੇ ਦਸਤੇ ਨੂੰ ਘੁੱਟ ਕੇ ਹੱਥ ਪਾ ਲਿਆ ਤੇ ਖਨੋ ਗਿਆ ਆਉਣ ਵਾਲੇ ਦਾ ਮੂੰਹ ਸਿਰ ਠਾਠੇ ਨਾਲ ਲੁਕਿਆ ਸੀ ਤੇ ਤਾਰਿਆਂ ਦੀ ਨਿਮੀ ਨਿਮੀ ਲੋਚ ਉਹਦਾ ਉਹਦੀ ਬਲਮ ਦਾ ਫਲ ਪਿਆ ਲਿਸ਼ਕਦਾ ਸੀ ਜਿਹੜਾ ਬਗਹਾੜ ਵਾਂਗੂ ਸ਼ਮਸ਼ੇਰ ਸਿੰਘ ਦੀ ਤੇ ਰੂਪੂ ਦੀ ਰਾਹ ਡੱਕ ਕੇ ਖਲੋਤਾ ਸੀ ਕਿੱਥੇ ਚੱਲਿਆ ਹਰਬਚਨ ਸਿੰਘ ਨੇ ਹੌਲੀ ਜੀ ਪੁੱਛਿਆ ਜਿੱਥੇ ਮਰਜ਼ੀ ਇਹ ਨਾਲ ਕੌਣ ਹੈ ਤੈਨੂੰ ਨਹੀਂ ਪਤਾ ਅਗੋਸ਼ ਸ਼ਮਸ਼ੇਰ ਸਿੰਘ ਵੱਟ ਖਾ ਕੇ ਆਖਣ ਲੱਗਾ ਇਹ ਤੇਰੇ ਨਾਲ ਨਹੀਂ ਜਾ ਸਕਦੀ ਇਸ ਵੇਲੇ ਬੂਏ ਤੇ ਦੀ ਜੰਜ ਬੈਠੀ ਹੈ ਤੈਨੂੰ ਕੀ ਇਹਦੇ ਨਾਲ ਤੇ ਇਹਦੀ ਜੰਜ ਨਾਲ ਧੀਆਂ ਭੈਣਾਂ ਦੀ ਇੱਜ਼ਤ ਸਭ ਦੀ ਸਾਂਝੀ ਹੁੰਦੀ ਹੈ ਇਹ ਨਹੀਂ ਹੋ ਸਕਦਾ ਸਵੇਰੇ ਨੱਕ ਸਾਰੇ ਪਿੰਡ ਦਾ ਵੱਡਿਆ ਜਾਏਗਾ ਇਹ ਤੇਰੇ ਨਾਲ ਨਹੀਂ ਜਾ ਸਕਦੀ ਕੋਈ ਮੇਰਾ ਰਾਹ ਤੇ ਰੱਬ ਵੀ ਨਹੀਂ ਰੋਕ ਸਕਦਾ ਤੂੰ ਕੀ ਜਾਣ ਦੀ ਲੋੜ ਹੀ ਤੇ ਅੱਗੋਂ ਹਟ ਜਾ ਸ਼ਮਸ਼ੇਰਿਆ ਤੇਰੀਆਂ ਅੱਖਾਂ ਤੇ ਜਵਾਨੀ ਨੇ ਪੱਟੀ ਬੰਨ੍ਹ ਦਿੱਤੀ ਹੈ ਤੂੰ ਬੰਦੇ ਨੂੰ ਵੀ ਨਹੀਂ ਸਿਆਣ ਦਾ ਮੂਰਖ ਸੋਚ ਕੇ ਦੇਖ ਸਈ ਅੱਗੋਂ ਹਟ ਜਾ ਓਏ ਹਰਬਚਨ ਸਿੰਘਾ ਤੇ ਸ਼ਮਸ਼ੇਰ ਸਿੰਘ ਨੇ ਰੂਪ ਨੂੰ ਪਰਾਂ ਹਟਾ ਕੇ ਦੂਹਾਂ ਹੱਥਾਂ ਨਾਲ ਘੁੱਟ ਕੇ ਫੜੀ ਤਲਵਾਰ ਸਿਰੋਂ ਕੱਢ ਲਈ ਤੇ ਜੇ ਤੇਰੀ ਭੈਣ ਦੀ ਜੰਝ ਅੜ ਜਾ ਓਏ ਅੱਗੋਂ ਤੇ ਹਰਬਚਨ ਸਿੰਘ ਛਾਲ ਮਾਰ ਕੇ ਇੱਕ ਲਾਂਗ ਪਿਛਾਂ ਹੋ ਗਿਆ ਸ਼ਮਸ਼ੇਰ ਦੀਆਂ ਅੱਖਾਂ ਅੱਗੇ ਉਹਦਾ ਮਰਦਾ ਹੋਇਆ ਭਾਈਆ ਆ ਗਿਆ ਓਏ ਪੁੱਤਰ ਸ਼ਮਸ਼ੇਰ ਹਰ ਬੱਚਨ ਤੇਰਾ ਵੱਡਾ ਭਰਾ ਹੀ ਤੇ ਪਿਓ ਵੀ ਉਹਦੀ ਬੇਬੇ ਦੇ ਚਿੱਟੇ ਖਿਲਰੇ ਵਾਲ ਤੇ ਝੁਰੀਆਂ ਵਾਲਾ ਚਿਹਰਾ ਆ ਗਿਆ ਵੇਖ ਤੈਨੂੰ ਕਦੀ ਉਹਨੇ ਕੱਖ ਵੀ ਨਹੀਂ ਤੋੜਨ ਦਿੱਤਾ ਇਹੋ ਜਿਹਾ ਭਰਾ ਵਾ ਗੁਰੂ ਕੁੱਲ ਦੁਨੀਆ ਨੂੰ ਦੇਵੇ ਤੇਂਦਰ ਸਿੰਘ ਦੀ ਆਵਾਜ਼ ਆਈ ਓਏ ਮੂਰਖਾ ਮਾਂ ਜਾਏ ਭਰਾ ਲੱਖੀ ਵੀ ਹੱਥ ਨਹੀਂ ਆਉਂਦੇ ਤੇ ਚਾਚਾ ਹਾਕੂ ਆਖਣ ਲੱਗਾ ਓਏ ਮੂਰਖਾ ਜੇ ਤੁਸੀਂ ਅੱਡੋ ਅੱਡ ਹੋ ਗਏ ਤਾਂ ਇਸ ਘਰ ਦਾ ਫੱਕਾ ਵੱਜ ਜਾਏਗਾ ਤੇ ਸਾਹਮਣੇ ਉਹਦਾ ਮਾਂ ਜਾਇਆ ਹਰਬਚਨ ਸਿੰਘ ਖਲੋਤਾ ਸੀ ਹੱਥੋਂ ਬਲਮ ਸੁੱਟ ਦਿੱਤੀ ਸੀ ਆਖੰਡਿਆ ਸੀ ਮੇਰੇ ਜਿਉਂਦਿਆਂ ਨਹੀਂ ਤੂੰ ਮੇਰੀ ਲਾਸ਼ ਤੋਂ ਦੀ ਲੰਘ ਕੇ ਲੈ ਜਾਏ। ਤੇ ਉਹਦੀ ਉੱਠੀ ਹੋਈ ਤਲਵਾਰ ਹੇਠਾਂ ਹੋ ਗਈ। ਮਾਰ ਓਏ ਸੋਚਣਾ ਕੀ ਪਿਆ ਬੇਗੈਰਤਾ ਤੇ ਸ਼ਮਸ਼ੇਰ ਦੀ ਤਲਵਾਰ ਸਿਰੋਂ ਉੱਠੀ। ਹਰਬਚਨ ਸਿੰਘ ਨੇ ਠਾਠਾ ਤੇ ਪੱਗ ਲਾ ਕੇ ਜ਼ਮੀਨ ਤੇ ਸੁੱਟ ਦਿੱਤਾ ਹੋਇਆ ਸੀ। ਸ਼ਮਸ਼ੇਰ ਨੇ ਕੁਵਾਰੀ ਹਰਬਚਨ ਨੂੰ ਵੇਖਿਆ। ਇਹੜਾ ਬੜੀ ਤਸੱਲੀ ਨਾਲ ਖਲੋਤਾ ਸੀ ਫਿਰ ਉਹਨੇ ਰੂਪੋ ਵੱਲ ਵੇਖਿਆ ਜਿਹੜੀ ਡਰੀ ਕਬੂਤਰੀ ਵਾਂਗਰ ਨਾਲ ਹੀ ਖਲੋਤੀ ਸੀ ਸ਼ਮਸ਼ੇਰ ਸਿੰਘ ਨੇ ਅੱਖਾਂ ਮੀਟ ਲਈਆਂ ਤੇ ਪੂਰੇ ਜ਼ੋਰ ਨਾਲ ਹੱਥ ਮਾਰਿਆ ਤਲਵਾਰ ਰੂਪੋ ਦੀ ਧੌਣ ਤੋਂ ਲੈ ਕੇ ਛਾਤੀ ਦੀ ਹੇਠਾਂ ਤੱਕ ਲੰਘ ਗਈ ਤੇ ਮੂੰਹੋਂ ਬਸ ਸਿਰਫ ਇੱਕ ਚੀਕ ਨਿਕਲੀ ਤੇ ਉਹ ਡਿੱਗ ਪਈ ਸ਼ਮਸ਼ੇਰ ਨੇ ਲਹੂ ਨਾਲ ਭਰੀ ਤਲਵਾਰ ਦੂਰ ਕਰਕੇ ਸੁੱਟ ਦਿੱਤੀ ਤੇ ਉਹ ਹਰਬਚਨ ਸਿੰਘ ਦੇ ਗਲ ਲਾ ਕੇ ਬਾਲਾਂ ਵਾਂਗਰ ਜ਼ੋਰ ਜ਼ੋਰ ਦੀ ਰੋਣ ਲੱਗ ਪਿਆ ਧੰਨਵਾਦ ਸਮਾਪਤ